ਲਓ ਜੀ ਦੇਖੋ ਜੀ ਰੌਣਕ ਮੇਲੇ ਤੁਸੀਂ ਪੂਰਾ ਸਾਲ ਰਾਈਡਰ ਇਹ ਇਵੈਂਟ ਦਾ ਇੰਤਜ਼ਾਰ ਕਰਦੇ ਨੇ ਅਤੇ ਫਾਈਨਲੀ ਉਹ ਦਿਨ ਆ ਗਿਆ ਹੈਗਾ। ਇੰਤਜ਼ਾਰ ਦੀਆਂ ਘੜੀਆਂ ਮਿੱਠੀਆਂ ਘੜੀਆਂ ਜਿਹੜੀਆਂ ਖਤਮ ਹੋ ਗਈਆਂ। ਇਹ ਹੈਗੀ ਕਾਰ ਪਾਰਕਿੰਗ, ਉਹ ਖੜੇ ਸਾਡੇ ਮਿੱਤਰ ਸਨੀ ਜੀ। ਸਾਡੇ ਸਾਥੀ ਸਨੀ ਜੀ ਨੂੰ ਮਿਲੋ ਜੀ। ਕੀ ਹਾਲ ਚਾਲ? ਸਭ ਬੜੀਆ। ਪਹਿਲਾਂ ਮਿਲਾਉਣਾ ਚਾਹੁੰਦੇ ਗੋਆ ਟੂਰ ਤੇ, ਪਰ ਅਸੀਂ ਲੇਟ ਹੋ ਗਏ ਕਿ ਨਹੀਂ ਕਪਿਲ? ਹਾਂ ਕੈਨਸਲ ਹੋ ਗਿਆ। ਲਓ ਜੀ ਪਲਾਨ ਬਣਾ ਕੇ ਨਾ। ਇਹ ਆਖੋ ਜੀ ਮੁੰਡਿਆਂ ਨੇ ਮਿਹਨਤ ਕਰਕੇ ਬਹੁਤ ਸੋਹਣਾ ਬਣਾਇਆ ਸਾਰਾ, ਬਹੁਤ ਪ੍ਰੋਗਰੈਸ ਕੀਤੀ ਹੈ ਪਿਛਲੇ ਸਾਲ ਨਾਲੋਂ ਤਾਂ। ਹੈ ਤਿਆਰੀਆਂ ਮੁਕੰਮਲ ਕਰਨ 'ਤੇ ਕਈ ਸਾਲ ਲੱਗ ਜਾਂਦੇ ਨੇ, ਤਜਰਬਾ ਵੀ ਲੱਗ ਜਾਂਦਾ ਹੈ ਨਾ। ਬਾਈ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਹੋਰ ਠੀਕ ਹੋ ਜੀ? ਹੋਰ ਬਸ ਵਧੀਆ। ਬਹੁਤ ਵਧੀਆ ਤਿਆਰੀਆਂ ਕੀਤੀਆਂ ਤੁਸੀਂ ਬਾਖੂਬ। ਇਹ ਸਟਾਲਾਂ ਬਣਾਈਆਂ ਹੋਈਆਂ ਦੇਖੋ, ਲੈ ਇੱਥੇ ਕਰਾਂਗੇ ਜੀ ਰਾਤ ਨੂੰ ਪਾਰਟੀ। ਇਹ ਐਕਟੀਵਿਟੀ ਏਰੀਆ ਜੀ ਸਾਹਮਣਾ, ਉਹ ਟੈਂਟ ਲਾਏ ਹੋਏ ਆ ਰਾਈਡਰ, ਉੱਥੇ ਆਪਣੀ ਸਟੇ ਕਰਨਗੇ ਰਾਤ ਨੂੰ। ਇਹ ਫੂਡ ਜ਼ੋਨ ਬਣਾਇਆ ਹੋਇਆ, ਅਸੀਂ ਗੱਲ ਕਰ ਰਹੇ ਹਾਂ ਜੀ। ਐਡਾ ਤਕੜਾ ਅਰੇਂਜਮੈਂਟ ਕਰਨ ਲਈ ਬੰਦਾ ਜਨੂਨੀ ਚਾਹੀਦਾ, ਜਨੂਨੀ। ਇਹ ਜਨੂਨੀ ਬੰਦਿਆਂ ਦੇ ਕੰਮ ਨੇ। ਬਹੁਤ ਵਧੀਆ ਅਰੇਂਜਮੈਂਟ ਕੀਤਾ, ਦਿਲ ਖੁਸ਼ ਹੋ ਗਿਆ ਇੱਥੇ ਆ ਕੇ। ਜੋ ਸੋਚ ਕੇ ਬੰਦਾ ਆਇਆ ਸੀ ਉਦੋਂ 100 ਗਣਾ ਵਧੀਆ ਅਰੇਂਜਮੈਂਟ ਨੇ ਸਾਰਾ ਕੁਛ ਕੀਤਾ ਹੋਇਆ। ਅਤੇ ਬਾਈ ਜੀ ਦੱਸਦੇ ਪਏ ਸੀ, ਜਸਪਾਲ ਜੀ, ਬਾਈ ਜੀ ਮੈਨੂੰ ਲੱਗਦਾ ਤੁਸੀਂ 2 ਮਹੀਨੇ ਤੋਂ ਲੱਗੇ ਹੋਏ ਆ, ਹੈ ਨਾ? ਬਾਈ ਜੀ ਲੱਗੇ ਹੋਏ ਆ, ਲਗਾਤਾਰ ਹੀ ਚੱਲੀ ਜਾਂਦਾ। ਹੁਣ 5-7 ਦਿਨ ਤਾਂ ਹੋ ਗਏ ਲਗਾਤਾਰ ਇੱਥੋਂ ਹੀ ਨਹੀਂ ਹਿੱਲੇ ਅਸੀਂ। ਨਹੀਂ ਤੁਸੀਂ ਘਰ ਹੀ ਬਣਾਇਆ ਹੋਇਆ ਹੈ, ਘਰ ਹੀ ਬਣਿਆ ਹੋਇਆ। ਅਤੇ ਸਦਕੇ ਜਾਈਏ ਤੁਹਾਡੀ ਮਿਹਨਤ ਨੂੰ, ਬਹੁਤ ਬਾਈ ਦਿਲ ਨੂੰ ਖੁਸ਼ੀ ਮਿਲੀ ਤੁਹਾਡੀ ਮਿਹਨਤ ਜਿਹੜੀ ਦਿਸਦੀ ਪਈ ਹੈ, ਕਿ ਨਹੀਂ ਸਨੀ ਬਾਈ? ਬਿਲਕੁਲ ਬਿਲਕੁਲ। ਅਤੇ ਤਾਂ ਰਾਈਡਰ ਸਾਥੀ ਆਪਣੇ ਟੈਂਟ ਨਾਲ ਲੈ ਕੇ ਆਉਂਦੇ ਆ, ਜੇ ਕੋਈ ਨਹੀਂ ਲੈ ਕੇ ਆਇਆ ਉਹਨੂੰ ਰੈਂਟ 'ਤੇ ਵੀ ਮਿਲ ਜਾਂਦੇ ਨੇ ਉਹ ਸਾਹਮਣੇ ਬਿਸਤਰ ਵਗੈਰਾ। ਆਪਣੇ ਨੀਡ ਦੇ ਅਕੋਰਡਿੰਗ, ਆਪਣੇ ਗਰੁੱਪ ਦੇ ਅਕੋਰਡਿੰਗ ਤੁਸੀਂ ਇਹੀ ਟੈਂਟ ਲੈ ਸਕਦੇ ਹਾਂ। 6-6 ਬੰਦਿਆਂ ਵਾਲਾ ਟੈਂਟ ਵੀ ਇੱਥੇ ਲੱਗਿਆ ਹੋਇਆ। ਅਸੀਂ ਉਹ ਇੱਥੇ ਆਪਾਂ ਰਾਤ ਨੂੰ ਬੋਨਫਾਇਰ ਆ ਜਿਹੜੀ ਉਹ ਕਰਾਂਗੇ, ਅਤੇ ਸੰਨੀ ਜੀ ਨੇ ਗੱਡੀ ਆਪਣੀ ਪਹਿਲਾਂ ਹੀ ਲਿਆ ਕੇ ਉੱਥੇ ਲਾਤੀ, ਦੇਖ ਲਓ ਤੁਸੀਂ। ਇਹ ਆ ਬੰਦੇ ਹੰਡੇ ਵਰਤੇ, ਅਤੇ ਟੇਬਲ ਲੈ ਕੇ ਆਏ ਆ ਨਾਲ, ਆਪਣਾ ਚੇਅਰਸ ਨਾਲ ਲੈ ਕੇ ਆਏ ਆ। ਸੀਗਾ ਬਾਈ ਜੀ? ਹਾਂਜੀ ਸੰਨੀ ਜੀ, ਹੈਲੋ। ਲਓ ਬਈ ਇਹ ਲਾਏ ਹੋਏ ਆ ਰਾਈਡਰਾਂ ਨੇ ਆਪਣੇ ਨੇ ਟੈਂਟ, ਰੈਡੀ ਟੂ ਰੌਕ। ਇਹ ਰੈਂਟਡ ਆ, ਇਹ ਰੈਂਟਡ ਲਈ, ਰੈਂਟ ਲਈ ਅਵੇਲੇਬਲ ਆ ਜਿਹੜੇ ਟੈਂਟ, ਉਹ ਹੈ ਡਬਲ ਡਬਲ ਸਿੰਗਲ। ਇਹ ਆਪਾਂ ਤੁਹਾਨੂੰ ਪਹਿਲਾਂ ਦਿਖਾਤਾ ਸਾਰਾ, ਸਿੰਗਲ ਵੀ, ਕਿਉਂਕਿ ਬਾਅਦ 'ਚ ਗਹਿਮਾ ਗਹਿਮੀ ਹੋ ਜਾਣੀ ਹੈ, ਬਾਅਦ 'ਚ ਨਹੀਂ ਟਾਈਮ ਲੱਗਣਾ। ਪਾਰਟਿਸਪੇਟ ਜਿਹੜਾ ਕਰ ਰਿਹਾ ਉਹਦੇ ਲਈ ਟੀ ਸ਼ਰਟ ਕੂਪਨ ਤਿਉਹਾਰ ਨਾਲ ਸਵਾਗਤ ਕੀਤਾ ਜਾ ਰਿਹਾ। ਹਾਂਜੀ ਸੰਨੀ ਜੀ ਨੇ ਟੀ ਸ਼ਰਟ ਦਾ ਸਾਰਾ ਵੱਡਾ ਸਾਈਜ਼ ਲਿਆ। ਮੈਂ ਇਹ ਤੋਂ ਛੋਟਾ ਲੈ ਲੈਣਾ ਸਰ, ਹੈ ਨਾ? ਸਾਈਜ਼ ਸਰ ਡਬਲ ਐਕਸਲ।
ਆਪਣੇ ਇਵੈਂਟ ਦਾ ਦੂਸਰਾ ਦਿਨ ਆ ਜੀ, ਅਤੇ ਕੱਲ੍ਹ ਵਾਲਾ ਜਿਹੜਾ ਦਿਨ ਸੀਗਾ ਉਹ ਆਪਣਾ 4 ਕੁ ਵਜੇ ਸਾਰੇ ਆਪਣੇ ਰਾਈਡਰ ਸਾਥੀ 'ਤੇ ਪਹੁੰਚ ਗਏ ਸੀਗੇ, ਅਤੇ ਕੱਲ੍ਹ ਵਾਲੇ ਸ਼ੋਟ ਤੁਸੀਂ ਦੇਖ ਹੀ ਲਏ ਆ। ਹੁਣ ਦੂਜੇ ਦਿਨ ਕਾਫੀ ਤਜਰਬੇਕਾਰ ਰਾਈਡਰ ਜਿਹੜੇ ਕਿ ਉਮਰਾਂ ਹੀ ਲੰਘ ਗਈਆਂ ਜਿਹਨਾਂ ਦੀਆਂ ਰਾਈਡ ਕਰਦਿਆਂ ਦੀਆਂ, ਉਹ ਆਏ ਆ, ਉਹਨਾਂ ਨੂੰ ਮਿਲਾਂਗੇ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣਾਂਗੇ, ਥੋੜ੍ਹੀਆਂ ਝਲਕੀਆਂ ਆਪਾਂ ਵਲੋਗ 'ਚ ਲਵਾਂਗੇ ਬਾਕੀ। ਅਤੇ ਬਾਕੀ ਅੱਜ ਮੌਸਮ ਬਹੁਤ ਸੋਹਣਾ ਵਾ, ਕੱਲ੍ਹ ਤਾਂ ਧੁੰਦ ਸੀਗੀ ਅਤੇ ਅੱਜ ਪਰ ਧੁੱਪ ਪੂਰੀ ਵਧੀਆ ਲੱਗੀ ਹੈ, ਸੋਹਣਾ ਦਿਨ ਲੱਗਿਆ ਵਾ। ਬਾਈ ਹੁਣੀ ਯਾਦ ਕਰਦੇ ਆ, ਕਹਿੰਦੇ ਰਾਤ ਨੂੰ ਬਹੁਤ ਸੋਹਣੀਆਂ ਰੌਣਕਾਂ ਲਾਈਆਂ। ਰਾਤ ਆਪਾਂ ਇਹਨਾਂ ਦੇ ਟੈਂਟ ਦੇ ਵਿੱਚ ਪਏ ਸੀ, ਇਹਨਾਂ ਨੂੰ ਖੇਚਲ ਦਿੱਤੀ ਆ, ਪਰ ਸ਼ੁਕਰ ਗੁਜ਼ਾਰਾਂ ਬਾਈ ਦੇ ਬਹੁਤ ਬਹੁਤ। ਨਹੀਂ ਨਹੀਂ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਇਹ ਆ ਜੀ ਆਪਣੀ ਕੈਂਪ ਸਾਈਡ ਬਣਾਈ ਆ ਇਸੇ, ਇਹ ਬਾਈ ਦਾ ਟੈਂਟ ਸੀ ਰਾਤ। ਮਾਹੌਲ ਗਰਮ ਅੱਜ, ਹਨਾ ਥੋੜ੍ਹਾ ਮਾਹੌਲ ਪੂਰਾ ਗਰਮ ਹੈ। ਹਾਂ ਆਹ ਦੇਖੋ ਤੁਸੀਂ, ਇਹ ਰਾਤ ਤੱਕ ਪੂਰਾ ਭਰ ਜਾਣਾ, ਟੈਂਟ ਲੱਗ ਜਾਣੇ ਪੂਰੇ ਇੱਥੇ। ਚਲੋ ਮੁਬਾਰਕਾਂ ਬਹੁਤ ਬਹੁਤ ਜੀ ਤੁਹਾਨੂੰ। ਸੰਨੀ ਜੀ ਦੱਸੋ ਕਿੱਥੋਂ ਕਿੱਧਰ ਦੀ ਲੈ ਕੇ ਆਈਏ? ਸਿੱਧਾ ਹੈ ਨਾ, ਸਪੀਡ ਸੇ ਲੈ ਕੇ ਆਓ, ਤਬ ਚੜ੍ਹਾਈ। ਅਗਰ ਸਲੋ ਕਰੋਗੇ ਤੋ ਮੇਰੀ ਗਾੜੀ 3 ਵਾਰ ਫਸੀ ਗਲ। ਨਹੀਂ ਪਿੱਛੇ ਬੈਕ ਕੀ ਮੈਂ ਸ਼ੂ ਕਰਕੇ ਪਿੱਛੋਂ ਦੀ ਆਈਏ, ਪਿੱਛੇ ਉੱਪਰ ਚੜ੍ਹ, ਯਾਨੀ ਕਿ ਸਪੀਡ ਮੈਂ ਆਇਆ ਗਾੜੀ ਜੱਬੀ। ਠੀਕ ਹੈ ਜੀ, ਸਪੀਡ ਕੀ ਆਊਗਾ? ਸਪੀਡ 'ਤੇ ਡਰ ਲੱਗਦਾ ਨਾ, ਪੈਰ ਵੋਬਲ ਕਰਦਾ ਜਦੋਂ।
ਕੋਈ ਚੱਕ ਨਹੀਂ, ਠੀਕ ਹੈ, ਸ਼ੋਲਡਰ ਟੱਚ ਨਹੀਂ ਕਰਦਾ। ਹੋ ਗਿਆ ਕਾਫੀ ਤੇ ਆਪਾਂ ਕੈਮਰਾ ਆਪਣਾ ਰਾਤ ਨੂੰ ਕੰਮ ਨਹੀਂ ਕਰਦਾ ਇਸ ਕਰਕੇ ਇਜਾਜ਼ਤ ਲੈਂਦੇ ਹਾਂ, ਜੇ ਕੁਛ ਹੋਰ ਰਿਕਾਰਡ ਕਰਨਾ ਹੋਇਆ ਕਰ ਲਾਂਗੇ। ਬਾਏ ਬਾਏ, ਠੀਕ ਹੈ ਸਰ, ਓਕੇ।